ਤੇ ਇਹ ਫੋਲੀਓਰੋਜ਼ ਹੈ ਜੀ, ਨਾਜ਼ਰੀਨ ਅਗਰ ਦੇਖ ਰਹੇ ਹਨ ਜਿਨ੍ਹਾਂ ਨੂੰ ਪਤੈਂਤੇ ਦੇ ਬਾਰੇ ਨਹੀਂ ਇਨਫੋਰਮੇਸ਼ਨ, ਜਦੋਂ ਬੰਦਾ ਥਿਊਰੀ ਕਲੀਅਰ ਕਰਦਾ ਹੈ, ਇਹ ਦੋ ਟੈਸਟ ਲੈ ਜਾਂਦੇ ਨੇ ਇਟਲੀ 'ਚ ਲਾਇਸੈਂਸ ਕਾਰਡ ਦੇਣ ਤੋਂ ਪਹਿਲਾਂ, ਦੋ ਇਮਤਿਹਾਨ ਹੁੰਦੇ ਨੇ ਬੰਦੇ ਦੇ, ਇੱਕ ਥਿਊਰੀ ਟੈਸਟ ਜਿਹਨੂੰ ਕਹਿ ਸਕਦੇ ਹੋ ਕਿ ਕਿਤਾਬ ਪੜ੍ਹਨੀ ਹੈ ਔਰ ਕਿਤਾਬ ਦਾ ਟੈਸਟ ਦੇਣਾ ਹੈ, ਔਰ ਇੱਕ ਡਰਾਈਵਿੰਗ ਟੈਸਟ। ਥਿਊਰੀ ਟੈਸਟ ਜਿਸ ਵੇ ਕਲੀਅਰ ਹੁੰਦਾ ਹੈ ਤੇ ਇਹ ਕਾਰਡ ਮਿਲਦਾ ਹੈ ਸਾਨੂੰ, ਇਹਨੂੰ ਅਸੀਂ ਫੋਲੀਓਰੋਜ਼ਾ ਕਹਿੰਦੇ ਹਾਂ। ਫੋਲੀਓ ਕਹਿੰਦੇ ਨੇ ਕਾਗਜ਼ ਨੂੰ, ਰੋਜ਼ਾ ਮੀਨ ਰੈੱਡ ਕਲਰ ਦਾ ਕਾਗਜ਼, ਤੇ ਇਹ ਦਿੰਦੇ ਨੇ। ਉਸ ਤੋਂ ਬਾਅਦ ਸਾਨੂੰ ਹੋ ਜਾਂਦਾ ਕਿ ਸਾਡੀ ਥਿਊਰੀ ਇੱਕ ਟੈਸਟ ਸਾਡਾ ਇਮਤਿਹਾਨ ਹੋ ਗਿਆ, ਅਸੀਂ ਪਾਸ ਹੋ ਗਏ ਹਾਂ। ਫਿਰ ਦੂਸਰਾ ਡਰਾਈਵਿੰਗ ਟੈਸਟ ਮਿਲਦਾ ਹੈ, ਫਿਰ ਫਾਈਨਲੀ ਸਾਨੂੰ ਕਾਰਡ ਦੇ ਦਿੱਤਾ ਜਾਂਦਾ ਹੈ।